ਆਜ਼ਾਦੀ ਵਾਲਾ ਲੈ ਕੇ ਦਿੱਤਾ ਕਰਮਾ ਮਾਰੀ ਨੂੰ ਸਿਰ ਦਾ ਤਾਜ ਬਣਾਇਆ ਦੇਖ ਲਓ ਭੀਮ ਨੇ ਭਾਰਤੀ ਨਾਰੀ ਨੂੰ ਸਿਰ ਦਾ ਤਾਜ ਬਣਾਇਆ ਦੇਖ ਲਓ ਭੀਮ ਨੇ ਭਾਰਤੀ ਨਾਰੀ ਨੂੰ ਹਜ਼ਾਰਾਂ ਸਾਲਾਂ ਤੋਂ ਭਾਰਤ ਦੇਸ਼ ਦੇ ਵਿੱਚ ਚੱਲੇ ਆ ਰਹੇ ਅੰਧ ਵਿਸ਼ਵਾਸ ਜੋ ਕਿ ਬ੍ਰਾਹਮਣਵਾਦ ਦੁਆਰਾ ਫੈਲਾਏ ਗਏ ਸਨ ਝੂਠੇ ਰੀਤੀ ਰਿਵਾਜ ਵਹਿਮ ਭਰਮ ਇਹਨਾਂ ਸਾਰੀਆਂ ਹੀ ਰੀਤਾਂ ਰਿਵਾਜ਼ਾਂ ਨੂੰ ਪਛਾੜਦੇ ਹੋਏ ਭਾਰਤੀ ਸੰਵਿਧਾਨ ਦੇ ਨਿਰਮਾਤਾ ਯੁੱਗ ਪੁਰਸ਼ ਨਾਰੀ ਦੇ ਮੁਕਤੀ ਦਾਤਾ ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੇ ਸੰਵਿਧਾਨ ਦੇ ਜ਼ਰੀਏ ਅਤੇ ਹਿੰਦੂ ਕੋਡ ਬਿੱਲ ਪਾਸ ਕਰਾ ਕੇ ਔਰਤ ਨੂੰ ਬਣਦੇ ਸਾਰੇ ਹੱਕ ਅਧਿਕਾਰ ਦਿਵਾਏ ਜਿਸ ਤੋਂ ਕਿ ਬ੍ਰਾਹਮਣਾਂ ਨੇ ਪੂਰੀ ਤਰ੍ਹਾਂ ਵਾਂਝਿਆ ਰੱਖਿਆ ਹੋਇਆ ਸੀ। ਬ੍ਰਾਹਮਣਵਾਦੀ ਸੋਚ ਦੇ ਅਨੁਸਾਰ ਔਰਤ ਦਾ ਜੀਉਣਾ ਮਰਨਾ ਤਾਂ ਕੀ ਜੰਮਣਾ ਹੀ ਮਨਹੂਸ ਸੀਗਾ। ਔਰਤ ਨੂੰ ਕੁੱਖ ਵਿੱਚ ਮਾਰ ਦੇਣਾ ਉਦੋਂ ਦੀ ਹੀ ਰੀਤ, ਉਹੋ ਜਿਹਾ ਡਰ ਲੋਕਾਂ ਦੇ ਮਨ ਵਿੱਚ ਪਾਇਆ ਗਿਆ ਜੋ ਕਿ ਅਜੇ ਵੀ ਲੋਕ ਇਸ ਗੱਲ ਨੂੰ ਲੈ ਕੇ ਤੁਰ ਰਹੇ ਹਨ। ਡਾਕਟਰ ਭੀਮ ਰਾਓ ਅੰਬੇਡਕਰ ਜੀ ਨੇ ਇਹਨਾਂ ਸਾਰੀਆਂ ਅੰਧ ਵਿਸ਼ਵਾਸਾਂ ਨੂੰ ਪਛਾੜਦੇ ਹੋਏ ਭਾਰਤੀ ਔਰਤ ਨੂੰ ਉਹ ਸਾਰੇ ਅਧਿਕਾਰ ਲੈ ਕੇ ਦਿੱਤੇ। ਔਰਤ ਪੜ੍ਹ ਸਕਦੀ ਹੈ, ਔਰਤ ਨੌਕਰੀ ਵੀ ਕਰ ਸਕਦੀ ਹੈ, ਔਰਤ ਮੰਤਰੀ ਬਣ ਸਕਦੀ ਹੈ, ਔਰਤ ਡਾਕਟਰ ਬਣ ਸਕਦੀ ਹੈ, ਔਰਤ ਵਕੀਲ ਵੀ ਬਣ ਸਕਦੀ ਹੈ। ਕਹਿਣ ਦਾ ਭਾਵ ਇਹ ਹੈ ਕਿ ਕੁੱਲ ਭਾਰਤੀ ਨਾਰੀ ਨੂੰ ਉਹ ਬਣਦੇ ਸਾਰੇ ਹੱਕ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੇ ਆਪਣੀ ਸੰਘਰਸ਼ ਭਰੀ ਜ਼ਿੰਦਗੀ ਜਿਉਂਦੇ ਹੋਏ ਆਪਣੀ ਕ੍ਰਾਂਤੀਕਾਰੀ ਸੋਚ ਨੂੰ ਮੱਦੇਨਜ਼ਰ ਰੱਖੇ ਹੋਏ ਉਹ ਸਾਰੇ ਹੱਕ ਅਧਿਕਾਰ ਭਾਰਤੀ ਨਾਰੀ ਨੂੰ ਲੈ ਕੇ ਦਿੱਤੇ, ਚਾਹੇ ਉਹ ਕਿਸੇ ਵੀ ਵਰਗ ਦੀ ਸੀ। ਇਸ ਲਈ ਮੇਰੇ ਭੈਣੋ, ਮੇਰੇ ਸਮਾਜ ਦੇ ਲੋਕੋ, ਸਾਨੂੰ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਦਿੱਤਾ ਅਸੀਂ ਕਦੀ ਵੀ ਨਹੀਂ ਉਹਨਾਂ ਦਾ ਦਿੱਤਾ ਅਸੀਂ ਭੁਲਾ ਸਕਦੇ। ਅਸੀਂ ਹਮੇਸ਼ਾ ਹੀ ਉਹਨਾਂ ਦੇ ਕਰਜ਼ਦਾਰ ਰਹਾਂਗੇ। ਉਹਨਾਂ ਦੀਆਂ ਦੱਸੀਆਂ ਹੋਈਆਂ ਗੱਲਾਂ ਨੂੰ ਅਪਣਾ ਕੇ, ਉਹਨਾਂ ਦੀ ਕ੍ਰਾਂਤੀਕਾਰੀ ਸੋਚ ਨੂੰ ਸਮਝ ਕੇ, ਉਹਨਾਂ ਦੁਆਰਾ ਲਿਖਿਆ ਹੋਇਆ ਇੰਨਾ ਸਾਹਿਤ ਉਸਨੂੰ ਸਮਝ ਕੇ ਅਸੀਂ ਆਪਣੇ ਸਮਾਜ ਨੂੰ ਨਾਲ ਲੈ ਕੇ ਅੱਗੇ ਚੱਲੀਏ। ਇੱਕ ਨਵੀਂ ਸੋਚ, ਇੱਕ ਨਵੇਂ ਸਮਾਜ ਦੀ ਸਿਰਜਣਾ ਕਰੀਏ। ਅੱਜ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ 129ਵੇਂ ਜਨਮ ਦਿਨ 'ਤੇ ਮੈਂ ਉਸ਼ਾ ਰਾਜ ਸਮੁੱਚੀ ਮਾਨਵਤਾ ਨੂੰ ਬਹੁਤ 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 ਮੁਬਾਰਕਾਂ ਦਿੰਦੀ ਹਾਂ ਅਤੇ ਪ੍ਰਣ ਕਰਦੇ ਹਾਂ ਕਿ ਕਿਵੇਂ ਅਸੀਂ ਬ੍ਰਾਹਮਣਵਾਦੀ ਸੋਚ ਨੂੰ ਪਛਾੜਨਾ ਹੈ ਅਤੇ ਇੱਕ ਨਵੇਂ ਸਮਾਜ ਦੀ ਸਿਰਜਣਾ ਕਰਨੀ ਹੈ, ਆਪਣੇ ਸਮਾਜ ਨੂੰ ਜੋੜਨਾ ਹੈ, ਆਪਣੇ ਸਮਾਜ ਨੂੰ ਜਾਗਰੂਕ ਕਰਨਾ ਹੈ ਅਤੇ ਕੀ ਗਲਤ ਹੈ ਅਤੇ ਕੀ ਸਹੀ ਹੈ ਇਸ ਦੀ ਉਹਨਾਂ ਨੂੰ ਪਛਾਣ ਕਰਨ 'ਤੇ ਮਜਬੂਰ ਕਰਨਾ ਹੈ। ਸੋ ਜ਼ਿਆਦਾ ਕੁਝ ਨਾ ਕਹਿੰਦੀ ਹੋਈ ਇੱਕ ਵਾਰੀ ਫਿਰ ਸਮੁੱਚੀ ਮਾਨਵਤਾ ਨੂੰ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਨ ਦੀਆਂ ਬਹੁਤ 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 ਮੁਬਾਰਕਾਂ ਦਿੰਦੀ ਹਾਂ। ਜੈ ਗੁਰਦੇਵ, ਜੈ ਭੀਮ, ਜੈ ਭਾਰਤ ਜੀ। ਮੈਂ ਦੇਸ਼ ਰਾਜ ਜਰਮਨ ਤੋਂ ਦੇਸ਼ ਵਿਦੇਸ਼ ਦੇ ਵਿੱਚ ਵੱਸਦੇ ਭਾਰਤੀ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਅੱਜ ਦੇ ਦਿਨ 'ਤੇ ਉਸ ਮਹਾਨ ਰਹਿਬਰ ਯੁੱਗ ਪੁਰਸ਼ ਭਾਰਤੀ ਸੰਵਿਧਾਨ ਦੇ ਨਿਰਮਾਤਾ ਭਾਰਤੀ ਨਾਰੀ ਦੇ ਸਰਤਾਜ ਗਰੀਬਾਂ ਲਤਾੜਿਆਂ ਦੇ ਰਹਿਬਰ ਬਾਬਾ ਸਾਹਿਬ ਭੀਮ ਰਾਓ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ 129ਵੇਂ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਜੀ। ਔਰ ਅੱਜ ਦਾ ਦਿਨ ਜੋ ਸਾਡੇ ਬਹੁਜਨ ਸਮਾਜ ਲਈ ਇੱਕ ਬਹੁਤ ਖੁਸ਼ੀ ਦਾ ਦਿਨ ਚੜ੍ਹਿਆ ਸੀ ਕਿ ਜਿਸ ਦਿਨ ਬਾਬਾ ਸਾਹਿਬ ਨੇ ਜਨਮ ਲੈ ਕੇ ਔਰ ਸਾਡੇ 'ਤੇ ਅਤਿਆਚਾਰ, ਜੋ ਸਾਡੇ 'ਤੇ ਗੁਲਾਮੀ ਸੀ, ਸਾਨੂੰ ਆਜ਼ਾਦ ਕਰਾਉਣ ਲਈ ਉਹਨਾਂ ਨੇ ਆਪਣੀ ਪੂਰੀ ਜ਼ਿੰਦਗੀ ਲਗਾਈ। ਜ਼ਿੰਦਗੀ ਦੇ 40 ਸਾਲ ਜਿਹੜੇ ਮੇਨ ਉਹਨਾਂ ਨੇ ਸੰਘਰਸ਼ ਕਰਕੇ, ਉਹਨਾਂ 40 ਸਾਲਾਂ ਦੇ ਸੰਘਰਸ਼ ਸਦਕਾ ਬਾਬਾ ਸਾਹਿਬ ਨੇ ਜੋ ਸੰਵਿਧਾਨ, ਭਾਰਤੀ ਸੰਵਿਧਾਨ ਤਿਆਰ ਕੀਤਾ ਔਰ ਸੰਵਿਧਾਨ ਦੇ ਵਿੱਚ ਸਾਡੇ ਗਰੀਬ ਲਤਾੜੇ ਮਾਰੇ ਲੋਕਾਂ ਲਈ ਜੋ ਹੱਕ ਸੀ, ਜੋ ਮਨੁਵਾਦੀਆਂ ਨੇ 2500-3000 ਸਾਲ ਤੋਂ ਸਾਡੇ ਹੱਕ ਜਿਹੜੇ ਆ ਖੋਏ ਹੋਏ ਸੀ, ਔਰ ਸਾਡਾ ਸਮਾਜ ਇੱਕ ਜਾਨਵਰਾਂ ਦੀ ਜ਼ਿੰਦਗੀ ਜੀ ਰਿਹਾ ਸੀ। ਸਾਨੂੰ ਜ਼ਿੰਦਗੀ
ਇਨਸਾਨੀਅਤ ਜਾਮਾ ਪਹਿਨਾਉਣ ਲਈ ਸਾਨੂੰ ਇਨਸਾਨੀਅਤ ਜ਼ਿੰਦਗੀ ਦੇਣ ਵਾਸਤੇ ਬਾਬਾ ਸਾਹਿਬ ਨੇ ਆਪਣੀ ਪੂਰੀ ਜ਼ਿੰਦਗੀ ਲਗਾਈ ਔਰ ਸਾਨੂੰ ਇਹ ਸੰਵਿਧਾਨ ਜਿਹਦੇ ਵਿੱਚ ਸਾਡੇ ਹੱਕ ਹਕੂਕ ਲਿਖ ਕੇ ਦਿੱਤੇ ਔਰ ਇਸ ਸੰਵਿਧਾਨ ਦੇ ਸਦਕਾ ਹੀ ਅਸੀਂ ਸਕੂਲ ਗਏ, ਅਸੀਂ ਪੜ੍ਹੇ ਲਿਖੇ ਔਰ ਸਾਡਾ ਸਮਾਜ ਨੌਕਰੀਆਂ 'ਤੇ ਲੱਗਾ, ਅਸੀਂ ਵਿਦੇਸ਼ਾਂ 'ਚ ਆਏ, ਅੱਛੀ ਜ਼ਿੰਦਗੀ ਬਤੀਨ ਲੱਗੇ ਔਰ ਅੱਛੇ ਕੱਪੜੇ ਪਾਉਣ ਲੱਗੇ, ਜੋ ਮਨੂਆਂ ਨੇ ਸਾਡੇ ਤੋਂ ਖੋਏ ਹੋਏ ਸੀ ਸਾਰਾ ਕੁਛ, ਅਸੀਂ ਮਨੂਆਂ ਦੇ ਜੋ ਕਾਨੂੰਨ ਦੇ ਤਹਿਤ ਅਸੀਂ ਆਪਣੀ ਕੋਈ ਸੰਪਤੀ ਨਹੀਂ ਸੀ ਬਣਾ ਸਕਦੇ, ਅਸੀਂ ਕੋਈ ਆਪਣੀ ਜਾਇਦਾਦ ਨਹੀਂ ਸੀ ਬਣਾ ਸਕਦੇ, ਅਸੀਂ ਕੋਲ ਕੋਈ ਪੈਸਾ ਨਹੀਂ ਸੀ, ਅਸੀਂ ਕੋਈ ਇਹੋ ਜਿਹੀ ਕਮਾਈ ਦਾ ਸਾਧਨ ਨਹੀਂ ਸੀ ਕਰ ਸਕਦੇ, ਅਸੀਂ ਕਿਸੇ ਅੱਛੇ ਕੱਪੜੇ ਜਾਂ ਅੱਛੇ ਵਸਤਰ ਜਾਂ ਅੱਛੇ ਭਾਂਡਿਆਂ ਦੇ ਵਿੱਚ ਨਹੀਂ ਖਾ ਸਕਦੇ। ਤਾਂ ਉਹ ਜੋ ਹੱਕ ਸਾਨੂੰ ਲੈ ਕੇ ਦਿੱਤੇ ਆ ਬਾਬਾ ਸਾਹਿਬ ਨੇ ਆਪਣੀ ਜ਼ਿੰਦਗੀ ਆਪਣੇ ਬੱਚਿਆਂ ਨੂੰ ਇੱਕ ਤਰ੍ਹਾਂ ਕਿ ਉਹਨਾਂ ਨੇ ਆਪਣੇ ਬੱਚਿਆਂ ਤੱਕ ਨਹੀਂ ਖਿਆਲ ਕੀਤਾ, ਸਾਡੇ ਸਮਾਜ ਲਈ ਉਹਨਾਂ ਨੇ ਹਰ ਪਲ ਜਿਹੜਾ ਲਗਾਇਆ। 4 ਬੱਚੇ ਜਿਹੜੇ ਬਾਬਾ ਸਾਹਿਬ ਜੀ ਦੇ ਦਵਾਈ ਦੁੱਖੋਂ ਚਲੇ ਗਏ, ਉਹਨਾਂ ਦੀ ਦੇਖਭਾਲ ਤੋਂ ਚਲੇ ਗਏ ਆ। ਤਾਂ ਸਾਨੂੰ ਇੱਕ ਪ੍ਰਣ ਕਰਨਾ ਚਾਹੀਦਾ ਆ ਕਿ ਇਸ ਮਹਾਨ ਰਹਿਵਰ ਦੇ ਜਨਮ ਦਿਨ 'ਤੇ ਅਸੀਂ ਆਪਣੇ ਸਮਾਜ ਲਈ ਵੱਧ ਤੋਂ ਵੱਧ ਜਿਹੜਾ ਆਪਣੇ ਸਮਾਜ ਦੀ ਸੇਵਾ 'ਚ ਔਰ ਵੱਧ ਤੋਂ ਵੱਧ ਅਸੀਂ ਆਪਣੇ ਸਮਾਜ ਨੂੰ ਅਸੀਂ ਆਪਣੇ ਬੱਚਿਆਂ ਨੂੰ ਸਿਕਸ਼ਿਤ ਕਰੀਏ ਔਰ ਬਾਬਾ ਸਾਹਿਬ ਦੀ ਜੀਵਨੀ ਬਾਰੇ ਦੱਸੀਏ, ਅਸੀਂ ਆਪਣੇ ਮਹਾਂਪੁਰਸ਼ਾਂ ਦੀ ਜੀਵਨੀ ਬਾਰੇ ਆਪਣੇ ਸਮਾਜ ਨੂੰ ਸਮਝਾਈਏ। ਔਰ ਜਿਸ ਤਰ੍ਹਾਂ ਬਾਬਾ ਸਾਹਿਬ ਨੇ ਕਿਹਾ ਸੀਗਾ ਕਿ ਜਾ ਕੇ ਆਪਣੀਆਂ ਦੀਵਾਰਾਂ 'ਤੇ ਲਿਖ ਲਓ ਕਿ ਤੁਸੀਂ ਇਸ ਦੇਸ਼ ਦੇ ਹੁਕਮਰਾਨ ਬਣਨਾ ਆ, ਤਾਂ ਉਹ ਗੱਲ ਜਿਹੜੀ ਆ ਬਾਬਾ ਸਾਹਿਬ ਦਾ ਜੋ ਸੰਦੇਸ਼ਾ ਆ ਉਹ ਸਾਨੂੰ ਘਰ ਘਰ ਤੱਕ ਪਹੁੰਚਾਉਣਾ ਚਾਹੀਦਾ ਆ। ਔਰ ਜੋ ਬਾਬਾ ਸਾਹਿਬ ਨੇ ਲਾਸਟ ਜਿਹੜਾ ਆ ਆਪਣਾ ਇੱਕ ਸੰਦੇਸ਼ਾ ਸੀਗਾ ਕਿ ਇਹ ਜੋ ਮਿਸ਼ਨ ਆ, ਇਹ ਜੋ ਕਾਫਲਾ ਆ, ਮੈਂ ਇੱਥੇ ਤੱਕ ਲੈ ਕੇ ਆਇਆ, ਇਹ ਬੜੀਆਂ ਮੁਸ਼ਕਲਾਂ ਦੇ ਤਕਲੀਫਾਂ ਦੇ ਨਾਲ ਲੈ ਕੇ ਆਇਆ, ਇਹਨੂੰ ਅਗਰ ਤੁਸੀਂ ਅੱਗੇ ਨਹੀਂ ਵਧਾ ਸਕਦੇ ਤਾਂ ਇਹਨੂੰ ਪਿੱਛੇ ਨਾ ਜਾਣ ਦਿਓ, ਇਹਨੂੰ ਰੁਕਣ ਨਾ ਦਿਓ। ਔਰ ਇਹੀ ਮੈਂ ਸਾਰੇ ਭਾਰਤ ਵਾਸੀਆਂ ਨੂੰ, ਸਾਡੇ ਬਹੁਜਨ ਸਮਾਜ ਨੂੰ ਇਹ ਬੇਨਤੀ ਕਰਦਾ ਹਾਂ ਕਿ ਬਾਬਾ ਸਾਹਿਬ ਦੇ ਮਾਰਗ 'ਤੇ ਚੱਲ ਕੇ ਔਰ ਆਪਣੇ ਸਮਾਜ ਨੂੰ ਉੱਪਰ ਚੱਕਣ ਦੀ ਕੋਸ਼ਿਸ਼ ਕਰੀਏ। ਸੋ ਇੰਨਾ ਹੀ ਕਹਿੰਦਾ ਹੋਇਆ ਮੈਂ ਸਾਰਿਆਂ ਤੋਂ ਖਿਮਾ ਦਾ ਜਾਚਕ ਹਾਂ। ਜੈ ਭੀਮ, ਜੈ ਭਾਰਤ, ਜੈ ਗੁਰਦੇਵ, ਧੰਨ ਗੁਰਦੇਵ। ਜੈ ਭੀਮ, ਜੈ ਭਾਰਤ ਜੀ, ਮੈਂ ਅਸ਼ਵਿਨੀ ਰਾਜ, ਮੈਂ ਆਪ ਸਭ ਨੂੰ ਬਾਬਾ ਸਾਹਿਬ ਜੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ। ਜੈ ਭੀਮ, ਜੈ ਭਾਰਤ ਜੀ। ਜੈ ਭੀਮ, ਜੈ ਭਾਰਤ ਜੀ, ਮੈਂ ਅਸ਼ਵਿਨੀ ਰਾਜ, ਮੈਂ ਆਪ ਸਭ ਨੂੰ ਬਾਬਾ ਸਾਹਿਬ ਜੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ। ਜੈ ਭੀਮ, ਜੈ ਭਾਰਤ ਜੀ।